ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਲੜੀ ਦੇ ਵਿੱਚ ਅੱਜ ਫਿਰ ਤੁਹਾਡਾ ਸਵਾਗਤ ਹੈ ਅਤੇ ਅੱਜ ਫਿਰ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਨਵੇਂ ਪਾਵਨ ਅਸਥਾਨ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਜੀ। ਤੁਹਾਨੂੰ ਵੀ ਸਭ ਨੂੰ ਬੇਨਤੀ ਹੈ ਵੀ ਇਹ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ, ਕਿਉਂਕਿ ਘਰ ਬੈਠਿਆਂ ਤੁਸੀਂ ਪਾਵਨ ਅਸਥਾਨ ਦਰਸ਼ਨ ਵੀ ਕਰ ਸਕਦੇ ਹੋ ਅਤੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੋਰ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਦੀਆਂ ਨੇ। ਸੋ ਅਸੀਂ ਅੱਜ ਫਿਰ ਪਹੁੰਚੇ ਹਾਂ ਜੀ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅਤੇ ਆਸ ਪਾਸ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ। ਅਤੇ ਦਰਸ਼ਕੋ, ਇਸ ਯਾਤਰਾ ਦੇ ਵਿੱਚ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਜੋ ਸਾਡੇ ਮਿੱਤਰ ਨੇ ਬਹੁਤ ਪਿਆਰੇ ਬਚਪਨ ਦੇ, ਉਹਨਾਂ ਦਾ ਬੜਾ ਸਾਥ ਰਿਹਾ। ਉਹਨਾਂ ਨੇ ਜਿਹੜਾ ਹੈ ਉਹ ਆਸੇ ਪਾਸੇ ਦੇ ਅਸਥਾਨਾਂ ਦਰਸ਼ਨਾਂ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ, ਆਪਣੀ ਗੱਡੀ ਦੇ ਨਾਲ ਵੀ ਸਾਨੂੰ ਆਸੇ ਪਾਸੇ ਲੈ ਕੇ ਗਏ। ਸੋ ਉਹਨਾਂ ਦਾ ਵੀ ਧੰਨਵਾਦ ਬਣਦਾ ਭਾਈ ਗੁਰਦੀਪ ਸਿੰਘ ਪਾਉਂਟਾ ਸਾਹਿਬ ਵਾਲਿਆਂ ਦਾ। ਅਤੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਰਣਥੰਭ ਸਾਹਿਬ। ਤੁਹਾਡੇ ਵਿੱਚੋਂ ਬਹੁਤਾਂਤ ਸੰਗਤਾਂ ਨੇ ਗੁਰਦੁਆਰਾ ਰਣਥੰਭ ਸਾਹਿਬ ਦਾ ਨਾਮ ਵੀ ਪਹਿਲੀ ਵਾਰ ਹੀ ਸੁਣਿਆ ਹੋਵੇਗਾ। ਦਰਸ਼ਕੋ, ਜਿਹੜਾ ਗੁਰਦੁਆਰਾ ਰਣਥੰਭ ਸਾਹਿਬ ਹੈ, ਇਹ ਗੁਰਦੁਆਰਾ ਤੀਰਗੜੀ ਸਾਹਿਬ ਤੋਂ ਜਦੋਂ ਅਸੀਂ ਗੁਰਦੁਆਰਾ ਭੰਗਾਣੀ ਸਾਹਿਬ ਨੂੰ ਜਾਂਦੇ ਹਾਂ, ਭੰਗਾਣੀ ਸਾਹਿਬ ਦੇ ਬਿਲਕੁਲ ਅੱਧੇ ਕਿਲੋਮੀਟਰ ਦੇ ਉੱਪਰ ਬਿਲਕੁਲ ਸਾਹਮਣੇ ਇਹ ਖੇਤਾਂ ਦੇ ਵਿੱਚ ਪੈਂਦਾ ਗੁਰਦੁਆਰਾ ਸਾਹਿਬ ਰਣਥੰਭ ਸਾਹਿਬ। ਅਤੇ ਅਸੀਂ ਇੱਥੇ ਪਹੁੰਚੇ ਹਾਂ, ਦਰਸ਼ਨ ਤੁਹਾਨੂੰ ਕਰਵਾਵਾਂਗੇ ਅਤੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਕੀ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ। ਇੱਕ ਵਾਰ ਫਿਰ ਬੇਨਤੀ ਹੈ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਦੇ ਦੂਰ ਦੂਰ ਤੱਕ ਬੈਠੀਆਂ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ। ਦਰਸ਼ਕੋ, ਗੱਲ ਆਪਾਂ ਇਤਿਹਾਸ ਦੀ ਕਰੀਏ ਤਾਂ ਗੁਰਦੁਆਰਾ ਰਣਥੰਭ ਸਾਹਿਬ ਹੈ ਜਿਹੜਾ, ਇਹ ਉਹ ਥਾਂ ਹੈ ਜਦੋਂ ਕਦੇ ਵੀ ਜੰਗ ਦੇ ਮੈਦਾਨ ਵਿੱਚ, ਖੁੱਲ੍ਹੇ ਮੈਦਾਨ ਵਿੱਚ ਫੌਜਾਂ ਆਉਂਦੀਆਂ ਸਨ ਅਤੇ ਦੋਨੇ ਪਾਸਿਆਂ ਦੀਆਂ ਫੌਜਾਂ ਜਦੋਂ ਜੰਗ ਦੇ ਮੈਦਾਨ ਵਿੱਚ ਆ ਕੇ ਖੜੋ ਜਾਂਦੀਆਂ ਸਨ ਅਤੇ ਆਪੋ ਆਪਣੇ ਪਾਸੇ ਉਹ ਆਪਣਾ ਝੰਡਾ ਉੱਥੇ ਲਾਉਂਦੀਆਂ ਸਨ, ਜਦੋਂ ਭੰਗਾਣੀ ਦੀ ਜੰਗ ਸ਼ੁਰੂ ਹੁੰਦੀ ਹੈ ਅਤੇ ਇੱਕ ਪਾਸੋਂ ਪਹਾੜੀਆਂ ਦੀਆਂ ਫੌਜਾਂ ਭੰਗਾਣੀ ਦੇ ਮੈਦਾਨ ਵਿੱਚ ਪਹੁੰਚੀਆਂ ਅਤੇ ਦੂਜੇ ਪਾਸੇ ਤੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਫੌਜਾਂ ਭੰਗਾਣੀ ਦੇ ਮੈਦਾਨ ਵਿੱਚ ਪਹੁੰਚ ਗਈਆਂ। ਇਹ ਗੁਰਦੁਆਰਾ ਰਣਥੰਭ ਸਾਹਿਬ ਉਹੀ ਅਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀਆਂ ਫੌਜਾਂ ਦੇ ਨਾਲ ਭੰਗਾਣੀ ਦੇ ਮੈਦਾਨ ਵਿੱਚ ਪਹੁੰਚਦੇ ਨੇ ਅਤੇ ਇਸੇ ਥਾਂ ਦੇ ਉੱਤੇ ਆ ਕੇ ਆਪਣਾ ਜਿਹੜਾ ਨਿਸ਼ਾਨ ਹੈ ਉਹ ਗੱਡਦੇ ਨੇ ਅਤੇ ਨਿਸ਼ਾਨ ਗੱਡ ਕੇ ਇਸੇ ਅਸਥਾਨ ਤੋਂ ਹੀ ਫਿਰ ਨਗਾਰੇ ਦੇ ਉੱਤੇ ਚੋਟਾਂ ਲਾਉਂਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੰਗ ਦੇ ਮੈਦਾਨ ਦਾ ਆਗਾਜ਼ ਕੀਤਾ ਸੀ। ਇਸ ਅਸਥਾਨ ਤੋਂ ਜਿਹੜੀ ਸੀ ਉਹ ਜੰਗ ਸ਼ੁਰੂ ਹੋਈ ਸੀ, ਆਗਾਜ਼ ਹੋਇਆ ਸੀ ਜੰਗ ਦਾ। ਲਗਭਗ 13-14 ਦਿਨ ਇਹ ਜੰਗ ਚੱਲੀ ਅਤੇ ਅਖੀਰ ਨੂੰ 1688 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਹੋਈ। ਦਰਸ਼ਕੋ, ਜਿਹੜਾ ਤੁਸੀਂ ਆਹ ਥੱਲੇ ਆ ਗੋਲਖ ਦੇ ਬਿਲਕੁਲ ਥੱਲੜੇ ਪਾਸੇ ਆ ਡੂੰਘੀ ਜਿਹੀ ਥਾਂ ਦੇਖ ਰਹੇ ਹੋ ਨਾ, ਇਸ ਜਿਹੜਾ ਇਹਦਾ ਇਤਿਹਾਸ ਵੀ ਬੜਾ ਇੱਕ ਇਹ ਕਹਿ ਲਓ ਵੀ ਹੈਰਾਨ ਕਰਨ ਵਾਲਾ ਹੈ। ਇੱਥੋਂ ਦੇ ਰਵਾਇਤ ਦੱਸਣ ਦੇ ਮੁਤਾਬਕ ਪਹਿਲਾਂ ਜਿਹੜਾ ਇਹ ਗੁਰਦੁਆਰਾ ਸਾਹਿਬ ਰਣਥੰਭ ਸਾਹਿਬ ਹੈ, ਇਹ ਥਾਂ ਕਿਸੇ ਨੂੰ ਪਤਾ ਨਹੀਂ ਸੀ, ਇਹ ਇੱਕ ਹਿੰਦੂ ਬ੍ਰਾਹਮਣ ਦਾ ਇਹ ਖੇਤ ਸਨ। ਪਰ ਜਿਹੜਾ ਉਹ ਹਿੰਦੂ ਬ੍ਰਾਹਮਣ ਹੈ ਉਹ ਲਗਭਗ ਕਈ ਸਾਲਾਂ ਤੋਂ ਲਗਾਤਾਰ ਬਿਮਾਰ ਚੱਲਦਾ ਸੀ
ਬੜੀਆਂ ਥਾਵਾਂ ਤੋਂ ਇਲਾਜ ਕੀਤਾ, ਵੈਦਾਂ ਦੇ ਨਾਲ ਡਾਕਟਰਾਂ ਨਾਲ ਕੰਸਲਟ ਕੀਤਾ, ਪਰ ਕੋਈ ਫਰਕ ਨਹੀਂ ਪਿਆ। ਫਿਰ ਕਹਿੰਦੇ ਨੇ ਜਦੋਂ ਵੀ ਕਿਤੇ ਉਹ ਆਪਣੀਆਂ ਪੁਰਾਣੀਆਂ ਜੋਤਿਸ਼ ਦੀਆਂ ਕਿਤਾਬਾਂ ਫਰੋਲਦਾ ਸੀ ਤਾਂ ਉਹਦੇ ਵਿੱਚ ਉਹਨੂੰ ਇਹ ਮਿਲਦਾ ਸੀ ਵੀ ਮੈਂ ਕੋਈ ਬਹੁਤ ਵੱਡਾ ਗੁਨਾਹ ਕਰ ਰਿਹਾ ਹਾਂ, ਪਰ ਸਮਝ ਨਹੀਂ ਸੀ ਪੈਂਦੀ। ਅਖੀਰ ਨੂੰ ਦੱਸਿਆ ਜਾਂਦਾ ਵੀ ਇੱਕ ਦਿਨ ਪੰਡਿਤ ਨੂੰ ਸੁਪਨਾ ਆਇਆ ਉਸ ਬ੍ਰਾਹਮਣ ਨੂੰ, ਅਤੇ ਸੁਪਨੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨੂੰ ਦਰਸ਼ਨ ਦਿੱਤੇ, ਔਰ ਦਰਸ਼ਨ ਦੇਣ ਤੋਂ ਬਾਅਦ ਇਹ ਬਚਨ ਕਿਹਾ ਵੀ ਪੰਡਿਤ ਜੀ ਜਿਹੜੀ ਤੁਹਾਡੀ ਜ਼ਮੀਨ ਹੈ ਅਸਲ ਦੇ ਵਿੱਚ ਉਹ ਜ਼ਮੀਨ ਸਾਡੀ ਹੈ, ਅਸੀਂ ਉਸ ਥਾਂ ਦੇ ਉੱਤੇ ਭੰਗਾਣੀ ਦੀ ਜੰਗ ਦਾ ਆਗਾਜ਼ ਕੀਤਾ ਸੀ, ਇਸ ਕਰਕੇ ਤੁਸੀਂ ਉੱਥੇ ਸਿੱਖਾਂ ਨੂੰ ਇਤਿਹਾਸ ਦੇ ਬਾਰੇ ਦੱਸੋ, ਸੋ ਉਸ ਤੋਂ ਬਾਅਦ ਤੁਹਾਡੇ ਜਿਹੜੇ ਰੋਗ ਨੇ ਉਹ ਸਾਰੇ ਦੂਰ ਹੋ ਜਾਣਗੇ। ਸੋ ਪੰਡਿਤ ਜਾਗਿਆ, ਆਸੇ ਪਾਸੇ ਸਿੱਖਾਂ ਨੂੰ ਇਕੱਠਿਆਂ ਕੀਤਾ ਅਤੇ ਸਾਰੀ ਆਪਣੇ ਸੁਪਨੇ ਦੀ ਗੱਲ ਸੁਣਾਈ। ਉਸ ਤੋਂ ਬਾਅਦ ਪੰਡਿਤ ਨੇ ਇਹ ਜਗ੍ਹਾ ਸੀ ਜਿਹੜੀ ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਦੇ ਉੱਤੇ ਹੀ ਲਗਵਾ ਦਿੱਤੀ। ਸੋ ਦਰਸ਼ਕੋ, ਜਦੋਂ ਇਹ ਥਾਂ ਪੰਡਿਤ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਲਗਵਾ ਦਿੱਤੀ, ਇਹ ਕਹਿ ਲਓ ਵੀ ਭੇਟ ਕਰ ਦਿੱਤੀ, ਅਤੇ ਫਿਰ ਜਿਹੜਾ ਇਹ ਪਾਵਨ ਇਹ ਥਾਂ ਸੀ ਜਿੱਥੇ ਗੁਰਦੁਆਰਾ ਰਣਥੰਭ ਸਾਹਿਬ ਬਣਿਆ ਹੋਇਆ, ਇਹ ਥਾਂ ਪੱਟੀ ਗਈ। ਅਤੇ ਇਹ ਥਾਂ ਪੱਟਣ ਤੋਂ ਬਾਅਦ ਕੁਝ ਕੁ ਜਿਹੜੀਆਂ ਜੰਗ ਦੇ ਮੈਦਾਨ ਦੀਆਂ ਨਿਸ਼ਾਨੀਆਂ ਸਨ ਜਾਂ ਕੁਝ ਕੁ ਸਿੱਖ ਧਰਮ ਦੀਆਂ ਸ਼ਸਤਰ ਵਜੋਂ ਨਿਸ਼ਾਨੀਆਂ ਸਨ, ਉਹ ਇੱਥੋਂ ਲੱਭੀਆਂ। ਇੱਥੋਂ ਇੱਕ ਥਾਂ ਜਦੋਂ ਪੱਟੀ ਗਈ ਅਤੇ ਪੁਰਾਣੀਆਂ ਜਿਹੜੀਆਂ ਇੱਟਾਂ ਆਉਂਦੀਆਂ ਨੇ, ਪੁਰਾਣੀਆਂ ਇੱਟਾਂ ਦਾ ਇੱਕ ਥੜਾ ਜਿਹੜਾ ਸੀ ਉਹ ਇੱਥੋਂ ਅੰਦਰੋਂ ਥੱਲੋਂ ਲੱਭਿਆ, ਖੁਦਾਈ ਕੀਤੀ ਗਈ। ਜਦੋਂ ਖੁਦਾਈ ਦੌਰਾਨ ਉਹ ਪੁਰਾਣੀਆਂ ਇੱਟਾਂ ਦਾ ਥੜਾ ਮਿਲਿਆ, ਉਸ ਥੜੇ ਦੇ ਵਿਚਕਾਰ ਇੱਕ ਖਾਲੀ ਥਾਂ ਸੀ। ਜਦੋਂ ਖਾਲੀ ਥਾਂ ਨੂੰ ਪੱਟ ਕੇ ਦੇਖਿਆ ਗਿਆ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਹੱਥਾਂ ਦੇ ਵਿੱਚ ਲੈ ਕੇ ਮੂੰਹ ਦੇ ਉੱਤੇ ਮਾਰਨ ਵਾਲਾ ਜਿਵੇਂ ਕੜਾ ਹੁੰਦਾ ਨਾ ਨਿੰਗਾ ਸਿੰਘਾਂ ਦਾ ਮੋਟਾ, ਉਸ ਤਰ੍ਹਾਂ ਦਾ ਸ਼ਸਤਰ ਮਿਲਿਆ ਇੱਕ। ਉਸ ਤੋਂ ਬਾਅਦ ਕੁਝ ਛੋਟੀਆਂ ਕਿਰਪਾਨਾਂ ਇੱਥੋਂ ਮਿਲੀਆਂ, ਅਤੇ ਜਿਸ ਤੋਂ ਇਹ ਗੱਲ ਸਾਬਤ ਹੋ ਗਈ ਵੀ ਪੁਰਾਣੇ ਸਿੱਖ ਇਸ ਅਸਥਾਨ ਬਾਰੇ ਜਾਣਦੇ ਸਨ, ਪਰ ਸਮੇਂ ਦੇ ਨਾਲ ਨਾਲ ਥਾਂ ਦੀ ਸਾਂਭ ਸੰਭਾਲ ਨਹੀਂ ਹੋ ਸਕੀ ਅਤੇ ਉਹ ਅਸਥਾਨ ਇੱਕ ਆਮ ਖੇਤ ਬਣ ਕੇ ਰਹਿ ਗਿਆ। ਸੋ ਪੰਡਿਤ ਨੇ ਇਹ ਜ਼ਮੀਨ ਸੀ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਭੇਟ ਕਰ ਦਿੱਤੀ। ਹੌਲੀ ਹੌਲੀ ਦਰਸ਼ਕੋ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਬਣ ਗਿਆ, ਅਤੇ ਅੱਜ ਜਦੋਂ ਵੀ ਸੰਗਤਾਂ ਭੰਗਾਣੀ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਨੇ ਅਤੇ ਜਿਨ੍ਹਾਂ ਸੰਗਤਾਂ ਨੂੰ ਪਤਾ ਹੁੰਦਾ ਉਹ ਗੁਰਦੁਆਰਾ ਰਣਥੰਭ ਸਾਹਿਬ ਜ਼ਰੂਰ ਜਾਂਦੀਆਂ ਨੇ, ਕਿਉਂਕਿ ਰਣਥੰਭ ਸਾਹਿਬ ਹੀ ਉਹ ਅਸਥਾਨ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਿਸ਼ਾਨ ਕੱਢ ਕੇ ਜੰਗ ਦੀ ਆਰੰਭਤਾ ਕੀਤੀ। ਜੰਗ ਦੀ ਸ਼ੁਰੂਆਤ ਇਸੇ ਅਸਥਾਨ ਤੋਂ ਹੋਈ ਸੀ, ਗੁਰਦੁਆਰਾ ਰਣਥੰਭ ਸਾਹਿਬ ਤੋਂ। ਸੋ ਦਰਸ਼ਕੋ, ਜਦੋਂ ਵੀ ਆਉਂ ਗੁਰਦੁਆਰਾ ਤੀਰਗੜੀ ਸਾਹਿਬ ਤੋਂ, ਇਹ ਅਸਥਾਨ ਲਗਭਗ ਅੱਧਾ ਕਿਲੋਮੀਟਰ ਦੂਰ ਪੈਂਦਾ ਅਤੇ ਇੰਨੀ ਕੁ ਦੂਰੀ ਜਿਹੜੀ ਹੈ ਉਹ ਗੁਰਦੁਆਰਾ ਭੰਗਾਣੀ ਸਾਹਿਬ ਤੋਂ ਪੈਂਦੀ ਹੈ। ਦਰਸ਼ਨ ਜ਼ਰੂਰ ਕਰਕੇ ਆਇਆ ਕਰੋ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੁਬਾਰਾ ਚਲਦੀ ਚਲਦੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ, ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਔਰ ਸਾਡਾ ਹੌਸਲਾ ਵੱਧ ਸਕੇ। ਸੋ ਇਸੇ ਤਰ੍ਹਾਂ ਨਾਲ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸ ਦੀਆਂ ਜਾਣਕਾਰੀ ਅਤੇ ਅਸਥਾਨ ਦੇ ਦਰਸ਼ਨ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਥੈਂਕ ਯੂ। ਰਾਜਾ ਭੀਮ ਚੰਦ ਸੀ ਨਾ ਜਿਹੜਾ, ਉਹਦਾ ਪੁੱਤ ਸੀ ਰਾਜਾ ਅਜਮੇਰ ਚੰਦ। ਉਹਦਾ ਸੀ ਵਿਆਹ, ਗੁਰੂ ਕਲਗੀਧਰ ਪਿਤਾ ਮਹਾਰਾਜ ਉਹਦੇ ਵਿਆਹ ਹੋਣ ਤੋਂ ਪਹਿਲਾਂ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਕੀ ਇਹ ਕਹਿੰਦੇ ਜੀ ਕਿਹੜਾ ਗੁਰਦੁਆਰਾ ਸਾਹਿਬ ਹੈ? ਗੁਰਦੁਆਰਾ ਰਣਥੰਭ ਸਾਹਿਬ।
ਰਣਥੰਭ ਸਾਹਿਬ। ਅੱਛਾ, ਇਹਦਾ ਕੀ ਇਤਿਹਾਸ ਹੈ ਜੀ? ਇੱਥੇ ਮਹਾਰਾਜ ਨੇ ਜੰਗ ਦਾ ਨਿਸ਼ਾਨ ਕੱਢਿਆ ਤਾ, ਜਿਵੇਂ ਆਪਾਂ ਕਿਤੇ ਵੀ ਜਾਂਦੇ ਆਪਣਾ ਨਿਸ਼ਾਨ ਕੱਢ ਦਿੰਦੇ ਹਾਂ ਵੀ ਆਹ ਸਾਡਾ ਨਿਸ਼ਾਨ ਹੈ। ਜਿੱਤ ਦਾ ਝੰਡਾ, ਜਿੱਤ ਦਾ ਝੰਡਾ ਤਾਂ ਬਾਅਦ ਮੇ ਕੱਢਿਆ ਜਾਂਦਾ ਹੈ। ਹਾਂਜੀ, ਪਹਿਲਾਂ ਆਪਣੇ ਫੌਜਾਂ ਦੇ ਵਿੱਚ ਨਹੀਂ ਕੱਢਦੇ, ਆਪਣੇ ਫੌਜਾਂ ਦਾ ਨਿਸ਼ਾਨ ਹੁੰਦਾ ਜਿਹੜਾ ਵੀ ਆਹ ਸਾਡੀ ਫੌਜਾਂ ਦਾ ਨਿਸ਼ਾਨ। ਅੱਛਾ ਅੱਛਾ ਅੱਛਾ, ਇੱਥੇ ਉਹ ਨਿਸ਼ਾਨ ਸਾਹਿਬ ਕੱਢੇ ਸੀ ਜੰਗ ਵਾਲਾ ਰਾਣਾ। ਇਹ ਸੀ ਪਹਿਲਾਂ ਕਿਸੇ ਪੰਡਿਤ ਦੀ ਜਗ੍ਹਾ। ਠੀਕ ਹੈ। ਉਹ ਪੰਡਿਤ ਜਿੱਦਾਂ ਆਪਾਂ ਸੁਣਦੇ ਹਾਂ ਸਰੀਰਕ ਤੌਰ 'ਤੇ ਵਿਚਾਰਾ ਦਰੋਗੀ ਸੀ ਬਹੁਤ। ਠੀਕ ਹੈ ਜੀ। ਅਤੇ ਉਹ ਜਿੱਥੇ ਵੀ ਪਤਾ ਪੁਤਾ ਕਰਾਉਂਦਾ ਸੀਗਾ ਆਪਣੇ ਮਤ ਅਨੁਸਾਰ, ਉਹਨਾਂ ਨੂੰ ਇਹੀ ਖਬਰ ਮਿਲਦੀ ਸੀ ਵੀ ਤੁਸੀਂ ਪੀਰ ਪੈਗੰਬਰ ਦੀ ਬੇਅਦਬੀ ਕਰ ਰਹੇ ਹੋ। ਠੀਕ ਹੈ। ਅਤੇ ਫਿਰ ਉਹਨੂੰ ਸੁਪਨੇ 'ਚ ਪਤਾ ਲੱਗਿਆ ਵੀ ਆਹ ਜਗ੍ਹਾ ਤਾਂ ਵੀ ਗੁਰਕਲਗੀਧਰ ਪਿਤਾ ਜੀ ਦੀ ਹੈ। ਸਵਾ ਵਿਘਾ ਜਗ੍ਹਾ ਮੇਰੇ ਇਹ ਦਾਨ ਕੀਤੀ, ਉਹਦੇ ਬਾਅਦ ਠੀਕ ਹੋਇਆ। ਅੱਛਾ, ਇਹ ਛੋਟਾ ਜਿਹਾ ਸਥਾਨ ਹੈ ਗੁਰਦੁਆਰਾ ਸ਼੍ਰੀ ਰਣ ਥੰਬ ਸਾਹਿਬ। ਅੱਛਾ, ਇਹ ਪੁਰਾਣੀ ਥਾਂ ਨਿਕਲੀ ਹੋਈ ਹੈ। ਹੈ ਅਗਰ ਜੀ, ਇੱਟਾਂ ਪੁਰਾਣੀਆਂ ਹੀ ਨੇ, ਇਹ ਥੱਲੀਆਂ ਇੱਟਾਂ। ਪਰੇ 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 ਪਰੇ।